ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਇਸ ਵੇਲੇ ਦੀ ਖਬਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹੋਇਆ ਜਿਸ ਵੇਲੇ ਦੀ ਖਬਰ ਹੈ ਭਗਵੰਤ ਮਾਨ ਹੁਣਾਂ ਦੇ ਨਾਲ ਜੁੜੀ ਹੋਈ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਆਪਣੀ ਸਰਕਾਰ ਬਣਾ ਲਈ ਹੈ ਨਿਤ ਨਵੇਂ ਫੈਸਲੇ ਕਰਦੇ ਨਜ਼ਰ ਆਉਂਦੇ ਨੇ ਭਗਵੰਤ ਮਾਨ ਤੇ ਹੁਣ ਸਮਾਂ ਆਇਆ ਹੈ ਉਹਨਾਂ ਫੈਸਲਿਆਂ ਨੂੰ ਪੂਰਾ ਕਰਨ ਦਾ ਭਗਵੰਤ ਮਾਨ ਹੁਣਾਂ ਦੀ ਅਗਵਾਈ ਦੇ ਵਿੱਚ ਅੱਜ ਕੈਬਨਿਟ ਮੀਟਿੰਗ ਬਿਠਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾਵਾਂ ਕੀਤੀਆਂ ਜਾਣੀਆਂ ਸੀ ਤੇ ਇਹਨਾਂ ਚਰਚਾਵਾਂ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਅਸਾਮੀਆਂ ਭਰਨ ਨੂੰ ਪਰਮਿਸ਼ਨ ਭਗਵੰਤ ਮਾਨ ਹੁਣਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਹੁਣ ਲੋਕ ਅਸਾਮੀਆਂ ਭਰ ਸਕਦੇ ਨੇ ਪੋਸਟਾਂ ਜਿਹੜੀਆਂ ਹੈ ਖਾਲੀ ਹੋ ਰਹੀਆਂ ਨੇ ਕਈ ਲੋਕਾਂ ਦੇ ਪ੍ਰਮੋਸ਼ਨ ਹੋ ਰਿਹਾ ਤੇ ਕਈ ਲੋਕ ਇਸ ਸਾਲ ਰਿਟਾਇਰ ਹੋ ਰਹੇ ਆ ਜਿਸ ਤੋਂ ਬਾਅਦ ਹੁਣ 145 ਜਿਹੜੀਆਂ ਪੋਸਟਾਂ ਹੈ ਉਹ ਖਾਲੀ ਹੋ ਜਾਣਗੀਆਂ ਤੇ ਨੌਜਵਾਨ ਜਿਹੜੇ ਹੈ ਉਹ ਇਹ ਪੋਸਟਾਂ ਭਰ ਸਕਦੇ ਨੇ ਯਾਨੀ ਕਿ ਹੁਣ ਨੌਕਰੀ ਉਹਨਾਂ ਨੌਜਵਾਨਾਂ ਨੂੰ ਮਿਲ ਸਕਦੀ ਹੈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਜੇਕਰ ਤੁਸੀਂ ਨੌਕਰੀ ਪਾਉਣਾ ਚਾਹੁੰਦੇ ਹੋ ਤੇ ਹੁਣ ਤੁਸੀਂ ਪੋਸਟਾਂ ਭਰ ਸਕਦੇ ਹੋ ਕਿਉਂਕਿ ਪੋਸਟਾਂ ਖਾਲੀ ਹੋਣ ਜਾ ਰਹੀਆਂ ਹੈ ਤੇ ਤੁਹਾਡੀ ਨੌਕਰੀ ਜਿਹੜੀ ਹੈ ਉਹ ਲੱਗ ਸਕਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਵੱਧਦੀ ਨਜ਼ਰ ਆ ਰਹੀ ਹੈ ਨੌਜਵਾਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਆਪਣੀਆਂ ਪੜ੍ਹਾਈਆਂ ਤੇ ਇੰਨੇ ਜ਼ਿਆਦਾ ਪੈਸੇ ਲਗਾ ਦਿੱਤੇ ਹੈ ਪਰ ਸਾਨੂੰ ਉਹਨਾਂ ਪੈਸਿਆਂ ਦੇ ਮੁਕਾਬਲੇ ਜੋ ਨੌਕਰੀਆਂ ਮਿਲਦੀਆਂ ਹੈ ਉਹ ਬਿਲਕੁਲ ਵੀ ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹਾਂ ਜਿਸ ਤੋਂ ਬਾਅਦ ਨੌਜਵਾਨਾਂ ਦਾ ਕਹਿਣਾ ਹੈ ਕਿ ਸਾਨੂੰ ਛੋਟੇ ਮੋਟੇ ਕੰਮ ਕਰਨੇ ਪੈ ਰਹੇ ਇੰਨਾ ਪੜ੍ਹ ਲਿਖ ਕੇ ਵੀ ਹੁਣ ਪਰ ਭਗਵੰਤ ਮਾਨ ਹੁਣਾਂ ਦੇ ਵੱਲੋਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਅਸਾਮੀਆਂ ਭਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਯਾਨੀ ਕਿ ਹੁਣ ਨੌਜਵਾਨਾਂ ਨੂੰ 145 ਜਿਹੜੇ ਪੋਸਟਾਂ ਖਾਲੀ ਹੋਈਆਂ ਹੈ ਤੇ ਨੌਜਵਾਨਾਂ ਨੂੰ ਨੌਕਰੀਆਂ ਉੱਥੇ ਮਿਲ ਸਕਦੀਆਂ ਨੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੀ ਕਿਹੜੀ ਪੋਸਟ ਤੇ ਤੁਸੀਂ ਅਸਾਮੀਆਂ ਭਰ ਸਕਦੇ ਹੋ 70 ਜਿਹੜੀਆਂ ਪੋਸਟਾਂ ਹੈ ਜੇ ਈ ਦੀਆਂ ਖਾਲੀ ਹੈ ਤੁਸੀਂ ਉਸ ਤੇ ਅਸਾਮੀਆਂ ਭਰ ਸਕਦੇ ਹੋ ਤੇ ਇਸ ਦੇ ਨਾਲ ਹੀ 25 ਜਿਹੜੀਆਂ ਹੈ ਸਬ ਡਿਵੀਜ਼ਨ ਇੰਜੀਨੀਅਰ ਦੀਆਂ ਹੋਣਗੀਆਂ 30 ਹੋਣਗੀਆਂ ਜੂਨੀਅਰ ਡਰਾਫਟਮੈਨ ਦੀਆਂ 20 ਸਟੈਨੋਟਾਈਪਿਸਟ ਦੀਆਂ ਪਹਿਲਾਂ 88 ਅਸਾਮੀਆਂ ਭਰਨ ਦੀ ਪਰਮਿਸ਼ਨ ਦਿੱਤੀ ਗਈ ਸੀਗੀ ਪਰ ਹੁਣ 55 ਅਸਾਮੀਆਂ ਹੋਰ ਭਰੀਆਂ ਜਾ ਸਕਦੀਆਂ ਨੇ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਹੜਾ ਇਹ ਐਲਾਨ ਹੈ ਅੱਜ ਕਰ ਦਿੱਤਾ ਗਿਆ ਕਿ ਹੁਣ ਪੰਜਾਬ ਦੇ ਵਿੱਚ 145 ਅਸਾਮੀਆਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਭਰੀਆਂ ਜਾ ਸਕਦੀਆਂ ਹੈ ਨਿਤ ਨਵੇਂ ਫੈਸਲੇ ਲੈਂਦੇ ਨਜ਼ਰ ਆਉਂਦੇ ਨੇ ਭਗਵੰਤ ਮਾਨ ਹੁਣ ਅਸੀਂ ਗੱਲ ਕਰਦੇ ਹਾਂ ਬਿਜਲੀ ਮੁੱਦੇ ਦੀ ਬਿਜਲੀ ਮੁੱਦੇ ਤੇ ਅੱਜ ਚਰਚਾ ਹੋਣੀ ਸੀ ਪਰ ਲੱਗਦਾ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ ਇਸ ਮੁੱਦੇ ਤੇ ਕੋਈ ਵੀ ਚਰਚਾ ਨਹੀਂ ਹੋਈ ਕਿਉਂਕਿ ਕੋਈ ਖਬਰ ਇਸ ਵੇਲੇ ਸਾਹਮਣੇ ਨਹੀਂ ਆਈ ਹੈ ਕਿ ਪੰਜਾਬ ਨੂੰ 300 ਯੂਨਿਟ ਮੁਫਤ ਬਿਜਲੀ ਮਿਲੇਗੀ ਜਾਂ ਨਹੀਂ ਮਿਲੇਗੀ ਪਰ ਇਹ ਖਬਰ ਸਾਹਮਣੇ ਆ ਗਈ ਹੈ ਕਿ ਬੇਰੋਜ਼ਗਾਰੀ ਖਤਮ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਹੁਣਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਹੁਣ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ 145 ਅਸਾਮੀਆਂ ਭਰੀਆਂ ਜਾ ਸਕਦੀਆਂ ਅਜਿਹੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਦੀ ਟੀਵੀ ਐਨਆਰਆਈ।